ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ। ਬੱਬੂ ਮਾਨ ਤੇ ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਦੋ ਐਸੇ ਨਾਮ ਜਿਨ੍ਹਾਂ ਦੇ ਕੱਟਰ ਫੈਨਸ ਨੇ। ਤੁਸੀਂ ਹੁਣ ਸੋਚ ਰਹੇ ਹੋਵੋਗੇ ਕਿ ਬੱਬੂ ਮਾਨ ਤੇ ਅਮਰਿੰਦਰ ਗਿੱਲ ਦਾ ਜ਼ਿਕਰ ਮੈਂ ਕਿਉਂ ਕਰ ਰਹੀ ਹਾਂ। ਤੁਹਾਨੂੰ ਦੱਸ ਦਵਾਂ ਕਿ ਬੱਬੂ ਮਾਨ ਦੀ ਪੁਰਾਣੀ ਇੱਛਾ ਪੂਰੀ ਕੀਤੀ ਹੈ ਅਮਰਿੰਦਰ ਗਿੱਲ ਨੇ। ਦਰਅਸਲ ਬੱਬੂ ਮਾਨ ਪੰਜਾਬੀ ਸਿਨੇਮਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਚਾਹੁੰਦੇ ਸੀ। ਸੂਤਰਾਂ ਦੇ ਮੁਤਾਬਿਕ ਬੱਬੂ ਮਾਨ ਨੇ ਕੁਝ ਸਮੇਂ ਪਹਿਲਾਂ ਇਹ ਇੱਛਾ ਜ਼ਾਹਿਰ ਕੀਤੀ ਕਿ ਪੰਜਾਬੀ ਫਿਲਮਾਂ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਹੈ। ਬੱਬੂ ਮਾਨ ਚਾਹੁੰਦੇ ਕਿ ਸਾਡੀਆਂ ਪੰਜਾਬੀ ਫਿਲਮਾਂ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਵੀ ਦੇਖੀਆਂ ਜਾਣੀਆਂ ਚਾਹੀਦੀਆਂ। ਇੰਨਾ ਹੀ ਨਹੀਂ, ਉਹ ਇਹ ਵੀ ਚਾਹੁੰਦੇ ਕਿ ਦੋਵੇਂ ਦੇਸ਼ਾਂ ਦੇ ਕਲਾਕਾਰ ਇਕੱਠੇ ਕੰਮ ਕਰਨ ਤੇ ਸਾਡੀ ਪੰਜਾਬੀ ਫਿਲਮਾਂ ਵੱਧ ਤੋਂ ਵੱਧ ਦੋਵਾਂ ਦੇਸ਼ਾਂ ਦੇ ਵਿੱਚ ਦੇਖੀਆਂ ਜਾਣ। ਔਰ ਹੁਣ ਉਹਨਾਂ ਦਾ ਇਹੀ ਸੁਪਨਾ ਅਮਰਿੰਦਰ ਗਿੱਲ ਨੇ ਪੂਰਾ ਕਰ ਦਿੱਤਾ ਆਪਣੀ ਫਿਲਮ ਚੱਲ ਮੇਰਾ ਪੁੱਤ ਦੇ ਰਾਹੀਂ। ਤੁਹਾਨੂੰ ਦੱਸ ਦਈਏ ਕਿ ਚੱਲ ਮੇਰਾ ਪੁੱਤ ਰਿਲੀਜ਼ ਹੋਈ ਹੈ 26 ਜੁਲਾਈ ਨੂੰ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸੇ ਦਿਨ ਇਹ ਪਾਕਿਸਤਾਨ ਦੇ ਵਿੱਚ ਵੀ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਜਿੱਥੇ ਅਮਰਿੰਦਰ ਗਿੱਲ, ਸਿੰਮੀ ਚਾਹਲ, ਹਰਦੀਪ ਗਰੇਵਾਲ, ਗੁਰਸ਼ਬਦ ਇੰਡੀਆ ਤੋਂ ਆਰਟਿਸਟ ਲਏ ਗਏ ਨੇ, ਉੱਥੇ ਹੀ ਪਾਕਿਸਤਾਨ ਦੇ 3 ਨਾਮਵਰ ਕਾਮੇਡੀਅਨ ਇਫਤਿਕਾਰ ਠਾਕੁਰ, ਨਸੀਰ ਚਨੌਤੀ ਤੇ ਅਕਰਮ ਉਦਾਸ ਨੂੰ ਵੀ ਲਿਆ ਗਿਆ। ਜਿੱਥੇ ਇਸ ਫਿਲਮ ਨੂੰ ਓਵਰਆਲ ਭਰਮਾ ਹੁੰਗਾਰਾ ਮਿਲ ਰਿਹਾ, ਉੱਥੇ ਹੀ ਪਾਕਿਸਤਾਨ ਦੇ ਵਿੱਚ ਵੀ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ। ਉਮੀਦ ਕਰਦੇ ਹਾਂ ਕਿ ਇੱਦਾਂ ਦੀ ਕੋਲੈਬੋਰੇਸ਼ਨ ਪਾਕਿਸਤਾਨੀ ਆਰਟਿਸਟ ਤੇ ਇੰਡੀਅਨ ਆਰਟਿਸਟ ਦੀ ਸਾਨੂੰ ਅੱਗੇ ਵੀ ਦੇਖਣ ਨੂੰ ਮਿਲੇ। ਤੁਹਾਡਾ ਕੀ ਕਹਿਣਾ ਅਮਰਿੰਦਰ ਗਿੱਲ ਦੀ ਇਸ ਸੋਚ ਦੇ ਬਾਰੇ, ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।